ਹਾਲ ਦੋਸਤੋ, ਮੈਂ ਗੁਰਿੰਦਰ ਟੂਰਿਸਟ ਇੰਡੀਆ ਤੋਂ ਅੱਜ ਫਿਰ ਹਾਜ਼ਰ ਹਾਂ ਜੀ ਇੱਕ ਨਵੀਂ ਸਕਸੈਸ ਸਟੋਰੀ ਦੇ ਨਾਲ। ਇਹ ਸਕਸੈਸ ਸਟੋਰੀ ਹੈ ਜੀ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਦੀ, ਜਿਹੜਾ ਕਿ 18 ਦਿਨਾਂ 'ਚ ਅਪਰੂਵ ਹੋ ਕੇ ਸਾਡੇ ਹੱਥ 'ਚ ਅੱਜ ਵੀਜ਼ਾ ਅਪਰੂਵਲ। ਔਰ ਇਸ ਵੀਜ਼ਾ ਅਪਰੂਵਲ ਅੱਜ ਜੀ ਸਾਡੇ ਨਾਲ ਸਰ ਬੈਠੇ ਨੇ ਅਮਰ ਸਿੰਘ ਦਿੱਲੀ ਤੋਂ। ਸਭ ਤੋਂ ਪਹਿਲਾਂ ਤਾਂ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਡਾ ਵੀਜ਼ਾ ਅਪਰੂਵ ਹੋਇਆ। ਇਹ ਵੀਜ਼ਾ ਜੀ ਹੋਟਲ ਬੁਕਿੰਗ 'ਤੇ ਅਪਰੂਵ ਹੋਇਆ। ਸੋ ਮੇਰੇ ਖਿਆਲ 'ਚ ਸਰ ਤੁਹਾਡੀ ਕੋਈ ਪਹਿਲਾਂ ਟਰੈਵਲ ਹਿਸਟਰੀ ਨਹੀਂ ਸੀਗੀ? ਮੇਰੀ ਟਰੈਵਲ ਹਿਸਟਰੀ ਐਕਚੁਅਲੀ ਥਾਈਲੈਂਡ ਜਾਂ ਥੋੜ੍ਹੀ ਦੋ ਕੰਟਰੀਆਂ ਦੀ ਸੀ, ਬਟ ਫਿਰ ਵੀ ਮਤਲਬ ਜਦੋਂ ਮੈਂ ਪਹਿਲੀ ਵਾਰ ਲਗਾਇਆ ਤੇ ਪਹਿਲੀ ਵਾਰ ਮਤਲਬ 18 ਡੇਜ਼ ਵਿੱਚ ਮੈਨੂੰ ਮਤਲਬ ਕੁਝ ਚੰਗਾ ਮਤਲਬ ਟੂਰਿਸਟ ਵੀਜ਼ਾ ਦੀ ਫਾਈਲ ਲਗਾਈ ਮੈਂ ਮੋਹਾਲੀ ਗਿਆ, ਤੇ ਉੱਥੇ ਜਾ ਕੇ ਪਤਾ ਲੱਗਾ ਕਿ ਬਈ ਮੈਂ ਫਾਈਲ ਲਗਾਈ ਤੇ ਵੀਜ਼ਾ ਆ ਗਿਆ, ਤੇ ਕਾਫੀ ਸਰਵਿਸ ਤੋਂ ਕਾਫੀ ਮਤਲਬ ਖੁਸ਼ ਹਾਂ ਜੀ। ਕੋਈ ਦਿੱਕਤ ਤੇ ਨਹੀਂ ਆਈ ਸਰ? ਤੁਸੀਂ ਸਾਰੀ ਫਾਈਲ ਆਨਲਾਈਨ ਸਾਨੂੰ ਭੇਜੀ? ਕੋਈ ਸਾਰਾ ਕੁਝ ਆਨਲਾਈਨ ਰਿਹਾ, ਕੋਈ ਇਹ ਵਿਚਾਰ ਨਹੀਂ ਰਿਹਾ ਕਿ ਬਈ ਮੈਨੂੰ ਪਰਸਨਲੀ ਆਉਣਾ ਪਿਆ, ਇਦਾਂ ਦਾ ਕੁਝ ਨਹੀਂ, ਬਟ ਸਾਰਾ ਕੁਝ ਆਨਲਾਈਨ ਪੇਪਰਸ ਵਗੈਰਾ ਵਰਕਿੰਗ ਜੋ ਰਹੀ ਹੈ ਸਾਰਾ ਕੰਮ ਚੱਲ ਰਿਹਾ ਹੈ। ਥੈਂਕ ਯੂ। ਹਾਂਜੀ ਜੀ, ਵੀਡੀਓ ਬਣਾਉਣ ਲਈ ਜ਼ਰੂਰ ਆਉਣਾ ਪੈਂਦਾ ਸਰ ਨੂੰ ਇੱਕ ਵਾਰੀ ਕਿਸੇ ਵੀ ਕਲਾਇੰਟ ਨੂੰ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਵੀਡੀਓ ਅਸੀਂ ਆਪਣੇ ਆਫਿਸ ਦੇ ਵਿੱਚ ਹੀ ਸ਼ੂਟ ਕਰੀਏ, ਉਹਨਾਂ ਦੇ ਨਾਲ ਹੀ ਖੁਸ਼ੀ ਦੇ ਪਲ ਸਾਡੇ ਨਾਲ ਸਾਂਝੇ ਕਰਨ। ਬਾਕੀ ਤੁਸੀਂ ਆਪਣੀ ਪ੍ਰੋਫਾਈਲ ਸਾਰੀ ਸਾਨੂੰ ਆਨਲਾਈਨ ਚੈੱਕ ਕਰਵਾ ਸਕਦੇ ਹੋ, ਭੇਜ ਸਕਦੇ ਹੋ, ਈਵਨ ਕਿ ਅਪਲਾਈ ਵੀ ਕਰ ਸਕਦੇ ਹੋ। ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਬਾਰ ਬਾਰ ਆਫਿਸ ਆਉਣਾ ਪਏਗਾ, ਤੁਸੀਂ ਸਾਡੇ ਕੰਟੈਕਟ ਨੰਬਰਾਂ 'ਤੇ ਕਾਲ ਕਰ ਸਕਦੇ ਹੋ, ਸਾਡੇ ਵੀਜ਼ਾ ਕੌਂਸਲਰਸ ਦੇ ਨਾਲ ਡਿਸਕਸ ਕਰ ਸਕਦੇ ਹੋ, ਸਾਡੇ ਕਿਸੇ ਵੀ ਆਫਿਸ ਵਿਜ਼ਿਟ ਵੀ ਕਰ ਸਕਦੇ ਹੋ। ਸੋ ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ ਜੀ ਥੈਂਕ ਯੂ ਜੀ। ਕੋਈ ਵੀ ਇਨਕੁਆਇਰੀ ਹੋਵੇ ਤੁਸੀਂ ਸਾਨੂੰ ਕਿਸੇ ਵੀ ਨੰਬਰ 'ਤੇ ਕਾਲ ਕਰਕੇ ਸਾਡੇ ਕੋਲ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ ਸਰ।